Oh.
sosazen. Balık ढूंढ दे पर एक लफ्ज ते निर्भर हो गई ਨਿਭਾਹੀ ਨਿਭੀ ਇਹ ਲਫ਼ਜ਼ ਬੜਾ ਪ੍ਰਚਲਿਤ ਹੈ ਜਿੰਨੀਆਂ ਖੁਸ਼ੀਆਂ ਨੇ ਜਿੰਨੇ ਖੁਸ਼ੀਆਂ ਦੇ ਤਿਉਹਾਰ ਨੇ ਜਿੰਨੇ ਖੁਸ਼ੀਆਂ ਦੇ ਫੰਕਸ਼ਨ ਨੇ ਜਿਹੜੇ ਮਨੁੱਖ ਦੇ ਜੀਵਨ ਵਿੱਚ ਅਕਸਰ ਆਏ ਰਹਿੰਦੇ ਤੇ ਮਨੁੱਖਾਂ ਉਹਨਾਂ ਨੂੰ ਉਡੀਕਦਾ ਵੀ ਰਹਿੰਦਾ ਹੈ ਉਡੀਕਦਾ ਖੁਸ਼ੀ ਨੂੰ ਕਿਹੜਾ ਨਹੀਂ ਉਡੀਕਦਾ ਕਿਉਂਕਿ ਚਾਹਤ ਹੈ ਖੁਸ਼ੀ ਮਨੁੱਖ ਉਡੀਕਦਾ ਰਹਿੰਦਾ ਹੈ ਗਮੀ ਨੂੰ ਕੋਈ ਨਹੀਂ ਉਡੀਕਦਾ ਆਪੇ ਆ ਜਾਂਦੀ ਗਮੀ ਨੂੰ ਕੋਈ ਨਹੀਂ ਚਾਹੁੰਦਾ ਬਿਨਾਂ ਇਨਵੀਟੇਸ਼ਨ ਦੇ ਆ ਜਾਂਦੀ ਮਨੁੱਖ ਆਉਂਦਾ ਵੇਖ ਕੇ ਗਮੀ ਨੂੰ ਇਗਨੋਰ ਕਰਦਾ ਧੱਕੇ ਮਾਰਦਾ ਦਰਵਾਜ਼ੇ ਬਾਹਰ ਕੱਢਦਾ ਫਿਰ ਵੀ ਆ ਜਾਂਦੀ ਖੁਸ਼ੀ ਉਡੀਕਦਾ ਜਿਉਂ ਜਿਉਂ ਨੇੜੇ ਆਉਂਦੀ ਤਿਉਂ ਤਿਉਂ ਜੀਉ ਆਉਂਦਿਆਂ ਕਹਿੰਦਾ ਵੈਲਕਮ ਕਰਦਾ ਮਨੁੱਖ ਤਾਂ ਖੁਸ਼ੀ ਢੂੰਢਣ ਵੀ ਜਾਂਦਾ ਭਾਵੇਂ ਗੁਰਦੁਆਰੇ ਜਾਏ ਭਾਵੇਂ ਕਿਸੇ ਕਲੱਬ ਜਾਏ ਭਾਵੇਂ ਕਿਸੇ ਪਾਰਟੀ ਵਿੱਚ ਜਾਏ ਆਖਿਰ ਤੇ ਮਨੁੱਖ ਦੇ ਮਨ ਦੀ ਇੱਕ ਚਾਹਤ ਹੁੰਦੀ ਹੈ ਨਾ ਉੱਥੇ ਜਾ ਕੇ ਭਲਾ ਕੁਝ ਖੁਸ਼ੀ ਮਿਲ ਜਾਏ ਖੁਸ਼ੀ ਮਨੁੱਖ ਦੇ ਜੀਵਨ ਦੀ ਤਸੱਲੀ ਹੈ ਜੇ ਗੁਰੂ ਦੇ ਦਰਬਾਰ ਵਿੱਚ ਵੀ ਆਉਂਦਾ ਹੈ ਨਾ ਖੁਸ਼ੀ ਢੂੰਢਣੀ ਆਉਂਦਾ ਕਿਹੜੇ ਪਿਆਰ ਨਾਲ ਪੜ੍ਹਨੇ ਆ ਸ਼ਬਦ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਕਿਉਂਕਿ ਲਫ਼ਜ਼ ਖੁਸ਼ੀ ਨਾਲ ਜੁੜਿਆ ਹੋਇਆ ਨਾ ਜੇ ਗੁਰੂ ਰਹਿਮਤ ਭਰੀ ਨਿਗਾਹ ਕਰ ਦੇਵੇ ਨਿਗਾਹ ਕਰ ਦੇਵੇ ਖੁਸ਼ੀ ਮਿਲ ਜਾਏ ਖੁਸ਼ੀ ਮੇਰੀ ਚਾਹਤ ਹੈ ਇਸੇ ਲਈ ਹੇ ਸਤਿਗੁਰੂ ਮੈਂ ਤੇਰੇ ਦਰ ਤੇ ਆਇਆ ਹੇ ਮੇਰੇ ਰੱਬ ਮੈਂ ਇਸੇ ਲਈ ਧਰਮੀ ਬਣਨਾ ਚਾਹੁੰਦਾ ਕਿ ਤੂੰ ਮੈਨੂੰ ਖੁਸ਼ੀ ਦੇ ਦੇਵੇਂ
ਧਾਰਨ ਕਰੇ। ਮਨੁੱਖ ਕਈ ਵਾਰ ਉੱਪਰੀ ਖੁਸ਼ੀ ਮਾਣ ਕੇ ਵੀ ਪ੍ਰਸੰਨ ਹੋ ਜਾਂਦਾ ਹੈ, ਜੇ ਆਤਮਿਕ ਖੁਸ਼ੀ ਉਸ ਤੋਂ ਅਗਲੀ ਗੱਲ ਹੁੰਦੀ ਹੈ। ਪਰ ਖੁਸ਼ੀ ਚਾਹੁੰਦਾ ਹੈ ਤੇ ਖੁਸ਼ੀ ਦੇ ਸਮੇਂ ਨੂੰ ਲੰਬਾ ਵੀ ਕਰਨਾ ਚਾਹੁੰਦਾ ਹੈ। ਇੱਕ ਹੋਰ ਖਿਆਲ ਕਰੋ, ਖੁਸ਼ੀ ਦੇ ਸਮੇਂ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ, ਖੁਸ਼ੀ ਦੇ ਸਮੇਂ ਨੂੰ ਲੰਬਾ ਕਰਨਾ ਚਾਹੁੰਦਾ। ਖੁਸ਼ੀ ਦਾ ਦਿਨ ਨਾ ਮੁੱਕੇ, ਖੁਸ਼ੀ ਦੀ ਰਾਤ ਨਾ ਮੁੱਕੇ, ਖੁਸ਼ੀ ਦਾ ਫੰਕਸ਼ਨ ਨਾ ਮੁੱਕੇ। ਖੁਸ਼ੀ ਖੁਸ਼ੀ ਮੈਂ ਮੰਨਣਾ ਹੀ ਚਾਹੁੰਦਾ। ਮੁੰਡੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੈਂ ਤੇ ਖੁਸ਼ੀ ਨੂੰ, ਕੁਸਲ ਨੂੰ, ਪ੍ਰਸੰਨਤਾ ਨੂੰ ਭਾਲਦਾ ਫਿਰਨਾ। ਮੋਕੋ ਕੁਸਲ ਬਤਾਵੋ ਕੋਈ, ਮੈਨੂੰ ਕੋਈ ਦੱਸੋ ਕਿਵੇਂ ਖੁਸ਼ੀ, ਕਿਵੇਂ ਇਹ ਕੌਤਕ, ਇਹ ਨਜ਼ਾਰਾ ਮਿਲ ਜਾਵੇ ਜਿਹਨੂੰ ਮੈਨੂੰ ਮਿਲਣਾ। ਕਿੰਨੀ ਅਜੀਬ ਗੱਲ ਹੈ, ਜਦੋਂ ਮਨੁੱਖ ਖੁਸ਼ੀ ਦੇ ਦਿਨ ਲੰਬੇ ਕਰਨਾ ਚਾਹੁੰਦਾ, ਉਹਦੇ ਪਿੱਛੇ ਵੀ ਇੱਕ ਤੋਖਲਾ ਖੜਾ ਹੁੰਦਾ ਹੈ ਜਿੱਥੇ ਰੁਕਣਾ ਚਾਹੁੰਦਾ। ਖੁਸ਼ੀ ਦੇ ਦਿਨ ਤਾਂ ਲੰਬੇ ਚਾਹੁੰਦਾ, ਭਾਵੇਂ ਪੁੱਤਰ ਜਨਮ ਦੀ ਖੁਸ਼ੀ ਹੋਵੇ, ਭਾਵੇਂ ਵਿਆਹ ਦੀ ਖੁਸ਼ੀ ਹੋਵੇ, ਭਾਵੇਂ ਮਕਾਨ ਦੀ ਚੜ੍ਹ ਦੀ ਖੁਸ਼ੀ ਹੋਵੇ, ਭਾਵੇਂ ਕਾਰੋਬਾਰ ਦੇ ਆਰੰਭ ਦੀ ਖੁਸ਼ੀ ਹੋਵੇ, ਖੁਸ਼ੀ ਤਾਂ ਖੁਸ਼ੀ। ਪਰ ਉਹਦੇ ਪਿੱਛੇ ਇੱਕ ਤੋਖਲਾ ਖੜਾ ਹੁੰਦਾ ਹੈ। ਹਰ ਖੁਸ਼ੀ ਦੇ ਫੰਕਸ਼ਨ ਨੂੰ ਲੰਬਾ ਕਰਕੇ ਮਨੁੱਖ ਨਾਲ ਨਾਲ ਸੋਚਦਾ ਹੈ ਕਿ ਨਿਭ ਜਾਏ। ਸੁਖੀ ਸਾਂਦੀ ਨਿਭ ਜਾਏ, ਖੁਸ਼ੀ ਕੀਮਤੀ ਹੈ ਨਾ, ਕੀਮਤੀ ਚੀਜ਼ ਨੂੰ ਮਨੁੱਖ ਨਿਭਣ ਤੇ ਨਿਰਭਰ ਕਰਦਾ ਹੈ। ਜੀਵਨ ਵੀ ਇੱਕ ਖੁਸ਼ੀ, ਜਿੰਨਾ ਵੀ ਮਰਜ਼ੀ ਲੰਬਾ ਹੋ ਜਾਏ ਓਨਾ ਹੀ ਮਨੁੱਖ ਚਾਹੁੰਦਾ ਹੋਰ ਲੰਬਾ। ਮੈਂ ਕਹਿੰਦਾ ਸੀ ਖੁਸ਼ੀ ਨੂੰ ਲੰਬਾ ਕਰਨਾ ਚਾਹੁੰਦਾ। ਜੀਵਨ ਵੀ ਖੁਸ਼ੀ, ਮੈਨੂੰ ਪਿਆਰਾ ਲੱਗਦਾ। ਖਾਸ ਕਰਕੇ ਸਫਲ ਜੀਵਨ ਜਿਹੜਾ ਹੈ ਉਹ ਤੇ ਹੋਰ ਖੁਸ਼ੀ ਹੈ। ਮਨੁੱਖ ਇਸ ਨੂੰ ਸਫਲ ਜੀਵਨ ਨੂੰ ਲੰਬਾ ਕਰਨਾ ਚਾਹੁੰਦਾ, ਜਿੰਨਾ ਮਾਣ ਲਵੇ ਓਨਾ ਹੀ ਇਹਨੂੰ ਛੋਟਾ ਦਿਸਦਾ ਹੈ। ਕਦੇ ਨਹੀਂ ਆਖਦਾ ਮੇਰਾ ਜੀਵਨ ਬੜਾ ਲੰਬਾ ਹੋ ਗਿਆ, ਮੈਂ 50 ਸਾਲ ਦਾ ਹੋ ਗਿਆ, 60 ਸਾਲ ਦਾ ਹੋ ਗਿਆ, 70 ਸਾਲ ਦਾ ਹੋ ਗਿਆ, 80 ਦਾ ਹੋ ਗਿਆ, 100 ਦਾ ਹੋ ਗਿਆ, ਬਿਲਕੁਲ ਨਹੀਂ ਸੋਚਦਾ। ਕਹਿੰਦਾ ਨਹੀਂ ਮੈਂ ਅਜੇ ਬੱਚਾ ਹੀ ਹੂੰ। ਖੁਸ਼ੀ ਹੈ ਉਹ ਇਹਨੂੰ ਛੋਟੀ ਲੱਗਦੀ ਹੈ, ਖੁਸ਼ੀ ਛੋਟੀ ਲੱਗਦੀ ਹੈ ਹਮੇਸ਼ਾ। ਖੁਸ਼ੀ ਨੂੰ ਮਨੁੱਖ ਲੰਬਾ ਨਹੀਂ ਆਇਆ ਨਹੀਂ ਆਖਦਾ, ਬਹੁਤ ਹੋ ਗਏ।
ਸ਼ਖਸੀਅਤ ਛੋਟੀ ਲੱਗਦੀ ਹੈ। ਪਰ ਇੱਕ ਗੱਲ ਤੇ ਨਿਰਭਰ ਹੈ, ਉਹ ਹੈ ਸੁਖੀ ਸੰਤ ਦੀ ਨਿਭ ਜਾਏ। ਹਰ ਚੀਜ਼ ਨਾਲ ਜੁੜ ਜਾਂਦੀ ਹੈ। ਜਦੋਂ ਮਨੁੱਖ ਵਿਆਹ ਕਾਰਜ ਦੀ ਖੁਸ਼ੀ ਮੰਨ ਰਿਹਾ ਹੁੰਦਾ, ਫਿਰ ਵੀ ਕਹਿੰਦਾ ਵੀ ਬੜਾ ਕੁਛ ਖੁਸ਼ੀਆਂ ਦਾ ਦਿਨ ਹੈ, ਪਰ ਗੁਰੂ ਕਿਰਪਾ ਕਰੇ ਸੁਖੀ ਸੰਤ ਦੀ ਨਿਭ ਜਾਏ। ਇਹ ਕਹਿੰਦਾ ਇੱਕ ਦੁੱਖ ਰੱਖਦਾ, ਕੋਈ ਵੀ ਖੁਸ਼ੀ ਸੁਖ ਸੰਤ ਦੀ ਨਿਭ ਜਾਏ। ਗੁਰੂ ਨੇ ਵੀ ਬਾਣੀ ਅੰਦਰ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਜੀਵਨ ਬਚਪਨ ਤੋਂ ਸ਼ੁਰੂ ਹੁੰਦਾ ਹੈ, ਬੁਢੇਪੇ ਤੱਕ ਤੁਰਿਆ ਜਾਂਦਾ। ਵਰਿਆਂ ਦੀ ਤਾਂ ਕੋਈ ਗਿਣਤੀ ਨਹੀਂ, ਬੜਾ ਲੰਬਾ ਸਫ਼ਰ, ਨੀਲ ਪੱਥਰ ਹੀ ਨੇ, ਵਰਿਆਂ ਦੀ ਕੋਈ ਗਿਣਤੀ ਨਹੀਂ। ਵਰੇ ਤਾਂ ਜੀਵਨ ਦੇ ਲੰਬੇ ਪੰਧ ਦਾ ਇੱਕ ਮੀਲ ਪੱਥਰ ਨੇ, ਆਉਂਦਾ ਲੰਘ ਜਾਂਦਾ, ਆਉਂਦਾ ਲੰਘ ਜਾਂਦਾ, ਮਨੁੱਖ ਤੁਰਿਆ ਜਾਂਦਾ। ਜਿਹਦੇ ਕਦਮਾਂ ਵਿੱਚ ਬਲ ਹੈ ਨਾ, ਉਹ ਮੀਲ ਪੱਥਰ ਨਹੀਂ ਗਿਣਦਾ। ਉਸਦੇ ਕਮਜ਼ੋਰ ਆਦਮੀ ਮੀਲ ਪੱਥਰ ਗਿਣਦਾ, ਇੰਨੇ ਬਾਕੀ ਰਹਿ ਗਏ ਨੇ, ਇੰਨੇ ਬਾਕੀ ਰਹਿ ਗਏ। ਜਿਹਦੇ ਕਦਮਾਂ ਵਿੱਚ ਬਲ ਹੈ, ਸ਼ਕਤੀ ਹੈ, ਉਹ ਮੀਲ ਪੱਥਰ ਨਹੀਂ ਗਿਣਦਾ, ਗਿਣਨਾ ਵੀ ਨਹੀਂ ਚਾਹੁੰਦਾ। ਤੇ ਬਲਵੰਤਤਾ ਦੀ ਨਿਸ਼ਾਨੀ ਇਹ ਹੋਈ ਹੈ ਕਿ ਉਹ ਮੀਲ ਪੱਥਰ ਗਿਣੇ ਹੀ ਨਾ, ਮਰੇ ਕੀ ਨੇ ਮੀਲ ਪੱਥਰ ਹੀ ਨਾ, ਆਉਂਦੇ ਨੇ ਲੰਘ ਜਾਂਦੇ, ਆਉਂਦੇ ਨੇ ਲੰਘ ਜਾਂਦੇ। ਇਸ ਲਈ ਉਹ ਮੀਲ ਪੱਥਰ ਨਹੀਂ ਗਿਣਦਾ, ਬਲਕਿ ਰੱਬ ਕੋਲੋਂ ਇੱਕ ਗੱਲ ਮੰਗਦਾ ਜੀ, ਨਿਭ ਜਾਏ ਭਾਵ ਬਚਪਨ ਤੋਂ ਸ਼ੁਰੂ ਹੋਇਆ ਹੈ ਇਹ ਜੀਵਨ, ਮੀਲ ਪੱਥਰ ਲੰਘਦੇ ਜਾ, ਜਵਾਨੀ ਆ ਗਈ, ਮੀਲ ਪੱਥਰ ਲੰਘਦੇ ਗਏ, ਬੁਢੇਪਾ ਆ ਗਿਆ। ਪਰ ਕਹਿਣ ਲੱਗੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ, ਜਿਵੇਂ ਨਿਭ ਰਹੀ ਹੈ ਇਸੇ ਤਰ੍ਹਾਂ ਅਗਲਾ ਸਮਾਂ ਵੀ ਨਿਭ ਜਾਏਗਾ। ਕਹਿਣ ਲੱਗੇ ਉਹ ਕੀਮਤੀ ਜੀਵਨ ਹੈ, ਜੈਸੀ ਉਪਜੀ ਜਿਵੇਂ ਸੁਖੀ ਜੀਵਨ ਬਖਸ਼ਿਆ ਹੀ, ਕਦਮਾਂ ਵਿੱਚ ਬਲ ਬਖਸ਼ਿਆ ਹੀ, ਇਵੇਂ ਮੰਜ਼ਿਲ ਤੱਕ ਨਿਭਾਉਂਦੇ ਨੇ। ਇਹ ਨਿਭ ਜਾਣਾ ਜਿਹੜਾ ਨਾ, ਉਹ ਅਸਲ ਖੁਸ਼ੀ ਹੈ। ਉਹਦੇ ਵਰਗੀ ਵਰਗਾ ਕੋਈ ਕੀਮਤੀ ਜੀਵਨ ਨਹੀਂ ਜਿਹੜਾ ਸਫਲਤਾ ਨਾਲ ਜੀਵਨ ਮੰਜ਼ਿਲ ਤੇ ਪਹੁੰਚਦਾ ਹੈ। ਹੀਰੇ ਉਹਦੇ ਬਰਾਬਰ ਕੀ ਚੀਜ਼, ਰਤਨ ਉਹਦੇ ਬਰਾਬਰ ਕੀ? ਕਿਸੇ ਨੂੰ ਕੋਈ ਆਖੇ ਮੈਂ ਤੈਨੂੰ ਹੀਰੇ ਰਤਨ ਜਵਾਹਰ ਦੇਣਾ, ਉਹ ਆਖੇਗਾ ਮੈਨੂੰ ਸਫਲ ਜੀਵਨ ਦੇ ਦੇ। ਤੈਸੀ ਨਿਭ ਹੈ
ਪਾਰ ਬ੍ਰਹਮੰਡੇ ਵਾਹੀ ਪੂਰੀ ਪਾਰ ਬ੍ਰਹਮੰਡੇ ਵਾਹੀ ਪੂਰੀ ਕੋਈ ਬਾਤ ਨਾ ਰਹੀ ਪੂਰੀ ਕੋਈ ਕਮੀ ਨਹੀਂ ਰਹੀ ਮੇਰਾ ਪਾਰ ਬ੍ਰਹਮ ਮੇਰਾ ਪ੍ਰਭੂ ਮੇਰੀ ਬਾਂਹ ਫੜ ਕੇ ਮੈਨੂੰ ਜੀਵਨ ਦੇ ਇਹ ਮੀਲ ਪੱਥਰ ਲੰਘਾਉਂਦਾ ਚਲਾ ਜਾ ਰਿਹਾ ਹੈ। ਬੱਚੀ ਹੁਣ ਸ਼ਬਦ ਤਾਂ ਪੜ੍ਹ ਰਹੀ ਸੀ, ਉੱਠ ਇਸ਼ਨਾਨ ਕਰੋ ਪਰਵਾਤੇ ਸੋਏ ਹਰ ਆਰਾਧੇ, ਤੇ ਅਗਲੀ ਲਾਈਨ ਸੀ ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰੂ। ਔਖੇ ਰਾਹ ਤੋਂ ਵੀ ਜਿਹਦੇ ਕਦਮਾਂ ਵਿੱਚ ਬਾਲਾ ਉਹ ਔਖੇ ਰਾਹ ਤੋਂ ਵੀ ਖੁਸ਼ੀ ਖੁਸ਼ੀ ਲੰਘ ਜਾਂਦਾ ਹੈ। ਇਹੋ ਹੀ ਅਰਦਾਸ ਕਰਨ ਅੱਜ ਆਏ ਹਾਂ, ਇਹੋ ਅਰਦਾਸ ਕਰਨ ਆਇਆ ਜਿਸ ਅਰਦਾਸ ਵਿੱਚ ਇਹ ਲਫ਼ਜ਼ ਨੇ ਨਿਭਾਹੇ ਲਿਹੋ ਮੋਕੋ ਪੁਰਖ ਵਿਦਾ, ਰਹਿਮਤ ਕਰ ਮੈਨੂੰ ਬਾਂਹ ਫੜ ਕੇ ਮੇਰੀ ਜੀਵਨ ਦੀ ਯਾਤਰਾ ਖੁਸ਼ੀ ਖੁਸ਼ੀ ਨਿਭਾ, ਖੁਸ਼ੀ ਖੁਸ਼ੀ ਨਿਭਾ, ਓੜ ਪਹੁੰਚਾਵੋ ਦਾਤੇ, ਮੈਨੂੰ ਤੋੜ ਤੱਕ ਮੇਰੀ ਬਾਂਹ ਨਾ ਛੱਡੀ, ਮੈਨੂੰ ਫੜ ਕੇ ਰੱਖੀ। ਕਹਿਣ ਲੱਗੇ ਪਿਆ ਹੋਇਆ ਹੈ। ਸ਼ੌ ਸਾਗਰ ਵਿੱਚ ਠਿੱਲ ਪਿਆ, ਤਰਨ ਸਾਗਰ ਬੋਹਿਤ ਚਰਨ ਤੁਮਾਰੇ, ਇਹਦੇ ਵਿੱਚ ਬੋਹਿਤ ਦੀ ਲੋੜ ਹੈ। ਇੱਕ ਕਿਨਾਰੇ ਤੋਂ ਚੱਲ ਪੈਣਾ ਆਸਾਨ ਹੈ, ਦੂਜੇ ਕਿਨਾਰੇ 'ਤੇ
ਪਹੁੰਚਣ ਤੱਕ ਬਾਹਾਂ ਵਿੱਚ ਬਲ ਰੱਖਣਾ ਇਹ ਸ਼ਕਤੀ ਹੈ। ਇੱਕ ਕਿਨਾਰੇ ਤੋਂ ਦੂਜਾ ਕਿਨਾਰਾ ਉਸੇ ਨੂੰ ਪਾਰ ਉਤਾਰਾ ਆਖਦੇ ਨੇ। ਮੈਂ ਇੱਕ ਵਾਰ ਕੀਤੀ ਸੀ, ਪਾਰ ਕੋਈ ਕਿਨਾਰਾ ਨਹੀਂ, ਜਿਸ ਕਿਨਾਰੇ ਤੇ ਤੁਸੀਂ ਖੜੇ ਹੋਵੋ ਤੁਹਾਡੇ ਕੋਲੋਂ ਕੋਈ ਪੁੱਛੇ ਪਾਰ ਕਿਹੜਾ, ਇਉਂ ਹੱਥ ਕਰ ਦਿੰਦੇ ਹੋ ਪਰਲੇ ਕਿਨਾਰੇ ਵੱਲ, ਉਹ ਪਾਰ ਹੈ। ਤੇ ਜੇ ਭਲਾ ਉਧਰ ਕੋਈ ਖੜਾ ਹੋਵੇ ਤੇ ਉੱਥੇ ਪੁੱਛੇ ਪਾਰਲਾ ਕਿਨਾਰਾ ਕਿਹੜਾ, ਉਹ ਇੱਧਰ ਹੱਥ ਕਰ ਦਿੰਦਾ, ਕਹਿੰਦਾ ਉਹ ਪਾਰ ਹੈ। ਔਰ ਪਹੁੰਚਾਵੋ ਦਰਦੇ। ਇਸ ਲਈ ਇੱਕ ਸਾਂਝੀ ਸਮੁੱਚੇ ਸੰਸਾਰ ਦੀ ਮਨੁੱਖਤਾ ਦੀ ਅਰਦਾਸ ਹੈ, ਨਿਭਾਹੇ ਲਿਹੋ ਮੋਕੋ ਪੁਰਖ ਵਿਦਾਤੇ, ਔਰ ਪਹੁੰਚਾਵੋ ਦਰਦੇ, ਮੇਰੀ ਬਾਂਹ ਫੜ ਕੇ ਰੱਖੀ ਤੇ ਮੇਰੀ ਮੰਜ਼ਿਲ ਤੱਕ ਮੇਰਾ ਸਾਥ ਨਾ ਛੱਡੀ। ਇਹਨਾਂ ਸ਼ਬਦਾਂ ਨਾਲ ਹਿੰਮਾਂ ਦਾ ਜਾਂਚਿਤ ਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।